ਗਿੱਲ ਸਾਹਿਬ ਅੱਜ ਮੀਟਿੰਗ ਸੀਗੀ ਕੀ ਕੀ ਏਜੰਡੇ ਦੇ ਵਿਚਾਰੇ ਗਏ ਅੱਜ ਦੀ ਮੀਟਿੰਗ ਦੇ ਵਿੱਚ ਸਾਡਾ ਜਿਹੜਾ ਮੇਨ ਸਭ ਤੋਂ ਪਹਿਲਾਂ ਬਾਰਿਸ਼ਾਂ ਆਉਣ ਵਾਲੀਆਂ ਜੀ ਜਿਹਦੀ ਮੈਨੂੰ ਚਿੰਤਾ ਹੈ ਬੇਸ਼ੱਕ ਕਾਰਪੋਰੇਸ਼ਨ ਕਾਂਗਰਸ ਪਾਰਟੀ ਦੀ ਬਣੀ ਹੋਈ ਹੈ ਪਰ ਮੈਂ ਚਾਹੁੰਦਾ ਕਿ ਅਸੀਂ ਸਾਰੇ ਲੜਕੇ ਸ਼ਹਿਰ ਉਹਨਾਂ ਦਾ ਵੀ ਹੈ ਮੇਰਾ ਵੀ ਹੈ ਜੀ ਮੈਂ ਮੈਡਮ ਮੇਅਰ ਨੂੰ ਵੀ ਇੱਥੇ ਬੁਲਾਉਣ ਨੂੰ ਕਿਹਾ ਸੀ ਔਰ ਆਏ ਸੀ ਮੀਟਿੰਗ ਕਰੀ ਕੀਤੀ ਉਹਨਾਂ ਨੇ ਜੀ ਕੁਛ ਇਸ਼ੂ ਜਿਹੜੇ ਹੈ ਬਹੁਤੇ ਉਹ ਕਾਰਪੋਰੇਸ਼ਨ ਨਾਲ ਰਿਲੇਟਡ ਵੀ ਹੈ ਜੀ ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਬਾਰਿਸ਼ਾਂ ਆ ਰਹੀਆਂ ਨੇ ਜੀ ਉਹਨਾਂ ਨੂੰ ਕਿਹਾ ਸੀ 7 ਦਿਨਾਂ ਦੇ ਵਿੱਚ ਰਿਪੋਰਟ ਦਿਓ ਕਿ ਸ਼ਹਿਰ ਦੇ ਵਿੱਚ ਕਿੰਨੇ ਕਿਊਸਕ ਬਾਰਿਸ਼ ਪਿਛਲੇ 4-5 ਸਾਲ 'ਚ ਐਵਰੇਜ ਪਈ ਹੈ ਜੀ ਔਰ ਕਿਹੜੇ ਕਿਹੜੇ ਏਰੀਏ ਆ ਉੱਥੇ ਕਿੰਨੇ ਕਿਊਸਕ ਫੁੱਟ ਪਾਣੀ ਖੜ੍ਹਾ ਹੁੰਦਾ ਜਿਹਨੂੰ ਅਸੀਂ ਡਿਸਪੋਜ ਆਫ ਕਰਨਾ ਜੀ ਜਿੰਨੀ ਮਸ਼ੀਨਰੀ ਸਾਡੀ ਅੱਜ ਹੈਗੀ ਹੈ ਲੱਗੀ ਹੋਈ ਪ੍ਰਬੰਧਾਂ ਦੇ ਉੱਤੇ ਡਿਸਪੋਜਲ ਜਾਂਦੇ ਜੀ ਕੀ ਉਹ ਟੋਟਲੀ ਵਰਕੇਬਲ ਹੈ ਜੇ ਕਿਤੇ ਕੋਈ ਮਸ਼ੀਨਰੀ ਨੂੰ ਰਿਪੇਅਰ ਮੰਗਦੀ ਹੈ ਨਵੀਂ ਖਰੀਦਣੀ ਹੈ ਉਸਦੇ ਬਾਰੇ ਅੱਜ ਤੋਂ ਪ੍ਰਬੰਧ ਕੀਤੇ ਜਾਣੇ ਕਾਰਪੋਰੇਸ਼ਨ ਦਾ ਕੰਮ ਹੈ ਜੀ ਕਾਰਪੋਰੇਸ਼ਨ ਦੇ ਕਿਉਂਕਿ ਮੇਅਰ ਮੈਡਮ ਮੇਅਰ ਸੀਗੇ ਉਹਨਾਂ ਨੂੰ ਵੀ ਕਿਹਾ ਉਹਨਾਂ ਦੇ SC ਸੀਗੇ ਔਰ ਸੀਵਰੇਜ ਬੋਰਡ ਦੇ ਅਧਿਕਾਰੀ ਸੀਗੇ ਨਾਲ ਮੈਂ ਇੱਕ ਪ੍ਰਪੋਜ਼ਲ ਉਹਨਾਂ ਨੂੰ ਕੀਤੀ ਹੈ ਕਿ ਅਸੀਂ ਹਰ ਸਾਲ ਨਵੇਂ ਤਜਰਬੇ ਕਰਕੇ ਇੱਕ ਤਾਂ ਸਾਡੇ ਸ਼ਹਿਰ ਹਰ ਵਾਰ ਜਦੋਂ ਬਾਰਿਸ਼ ਆਉਂਦੀ ਹੈ ਜੀ ਲੋਕ ਕਿਉਂ ਕਰਾਈ ਕਰਦੇ ਆ ਅਸੀਂ ਲੋਕ ਗਲੀਆਂ ਉੱਚੀਆਂ ਚੱਕ ਕੇ ਉਹਨਾਂ ਨੂੰ ਡੰਗ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ ਕਾਰਪੋਰੇਸ਼ਨ ਦਾ ਪੈਸਾ ਨਜਾਇਜ਼ ਉੱਥੇ ਖਰਚ ਹੁੰਦਾ ਅਸੀਂ ਇਸ ਦੀ ਜੇ ਡਿਸਪੋਜ਼ਲ ਦਾ ਸਹੀ ਪ੍ਰਬੰਧ ਕਰ ਦਈਏ ਪਾਣੀ ਦਾ ਜੀ ਬੇਸ਼ੱਕ ਬਠਿੰਡੇ ਦੀ ਟੋਪੋਗ੍ਰਾਫੀ ਔਡ ਈਵਨ ਹੈ ਇੱਥੇ ਗ੍ਰੈਵਿਟੀ ਫਲੋ ਨਾਲ ਪਾਣੀ ਨਹੀਂ ਜਾਂਦਾ ਜੀ ਮੈਂ ਆਪਣੇ ਵੱਲੋਂ ਕਿਉਂਕਿ ਮੈਂ ਕੋਈ ਟੈਕਨੀਕਲ ਬੰਦਾ ਤਾਂ ਹੈ ਨਹੀਂ ਜੀ ਪਰ ਮੈਂ ਜਿਹੜਾ ਉਹਨਾਂ ਨੂੰ ਸੁਝਾਅ ਇਹ ਦਿੱਤਾ ਕਿ ਪਿੰਡਾਂ ਦੇ ਵਿੱਚ ਜਦੋਂ 89 ਦੇ ਵਿੱਚ ਹੜ੍ਹ ਆਏ ਸੀ ਬਹੁਤ ਵੱਡੇ ਖੇਤਾਂ ਦੇ ਖੇਤ 3-3-4-4 ਫੁੱਟ ਪਾਣੀ ਖੜ੍ਹ ਗਿਆ ਸੀ ਬਿਲਕੁਲ ਦੇਸੀ ਤਰੀਕੇ ਨਾਲ ਜਿਹੜੇ ਉਹ ਜ਼ਿਮੀਦਾਰ ਸੀ ਜਾਂ ਉਸ ਸਮੇਂ ਦੇ ਉੱਥੇ ਕੰਮ ਕਰਨ ਵਾਲੇ ਬੰਦੇ ਸੀ ਜੀ ਉਹਨਾਂ ਨੇ ਆਪਦੇ ਬਾਲ ਖੋਲ੍ਹ ਅਤੇ ਟਿਊਬਲਾਂ ਦੇ ਜਿਹੜੇ ਕੈਪਟੀ ਰੱਖ ਜਾਂਦੇ ਸੀ ਔਰ ਉਹ ਦਿਨਾਂ 20 ਘੰਟਿਆਂ ਦੇ ਵਿੱਚ ਖੇਤ ਖਾਲੀ ਗਏ ਮੈਂ ਇਹਨਾਂ ਨੂੰ ਕਿਹਾ ਸੀ ਤੁਸੀਂ ਆਬਾਦੀ ਤੋਂ ਦੂਰ ਕਿਤੇ ਇੱਕ ਤਜਰਬਾ ਕਰਕੇ ਦੇਖੋ ਇਹਨਾਂ ਨੇ ਪਿੱਛੇ ਜੇ ਲਾਈਆਂ ਸੀ ਪਹਿਲੇ ਅਸੀਂ ਪਾਈਪਸ ਲਾਈਆਂ ਸੀ ਮੈਂ ਕਿਹਾ ਉਹ 10 ਇੰਚ ਪਾਈਪ ਆ ਪਾਣੀ ਨਹੀਂ ਲੱਗ ਸਕਦਾ ਤੁਸੀਂ ਜਿਵੇਂ ਪੁਰਾਣੇ ਖੂਹ ਹੁੰਦੇ ਸੀ ਉਹ ਖੂਹ ਖੋਦ ਕੇ ਦੇਖੋ ਔਰ ਉਸ ਖੂਹ ਦੇ ਵਿੱਚ ਮੈਂ ਤਾਂ ਮੇਰੇ ਪਿੰਡ ਦੀ ਮਿਸਾਲ ਦਿੱਤੀ ਸੀ ਮੇਰੇ ਪਿੰਡ 1947 ਤੋਂ ਪਹਿਲਾਂ ਦਾ ਖੂਹ ਆ ਸਾਡੇ 2 ਵਾਰ ਵੱਡੇ ਹੜ੍ਹ ਆਏ ਆ 55 'ਚ ਆਇਆ ਸੀ ਨਹਿਰਾਂ ਟੁੱਟੀਆਂ ਜੀ ਸਾਡਾ ਪਿੰਡ ਨੀਵੀਂ ਜਗ੍ਹਾ ਉਹ ਇਕੱਲੇ ਖੂਹ ਨੇ ਸਾਡੇ ਪਿੰਡ ਦਾ ਪਾਣੀ ਲੈ ਲਿਆ ਜਾਂ ਛੱਪੜਾਂ ਨੇ ਪਿੰਡ ਦੇ ਵਿੱਚ ਕੋਈ ਪਾਣੀ ਨਹੀਂ ਉਸ ਤਰ੍ਹਾਂ ਦਾ ਪ੍ਰੋਸੈਸ ਐਕਸਰਸਾਈਜ਼ ਕਰੋ ਉਹ ਡੀਸਾ ਨੂੰ ਕਿਹਾ ਵੀ ਇਹਨਾਂ 'ਤੇ ਰਿਪੋਰਟ ਲੈ ਕੇ ਟਾਈਮ ਪਾਉਣ ਜੇ ਜ਼ਰੂਰੀ ਨਹੀਂ ਉਹਨੂੰ ਸੀਵਰੇਜ ਬੋਰਡ ਦੇ ਅਧਿਕਾਰੀ ਲੈ ਜਾ ਸਕਦੇ ਸ਼ਹਿਰ ਦੇ ਵਿੱਚ ਕੋਈ ਹੋਰ ਟੈਕਨੀਕਲ ਬੰਦਾ ਹੈ ਸੱਦਾ ਦਿਓ ਕੋਈ ਹੋਰ ਕਿਸੇ ਡਿਪਾਰਟਮੈਂਟ ਦੇ ਵਿੱਚ ਕੋਈ ਇੰਜੀਨੀਅਰ ਹੈ ਜਿਹੜਾ ਇਸ ਪਾਸੇ ਵੱਲ ਥੋੜ੍ਹਾ ਜ਼ਿਆਦਾ ਜਾਣਕਾਰੀ ਰੱਖਦਾ ਉਹਦੀਆਂ ਸੇਵਾਵਾਂ ਲਓ ਇਸ ਪਾਸੇ ਵਧੋ ਤਾਂ ਕਿ ਗ੍ਰੈਵਿਟੀ ਫਲੋ ਨਾਲ ਪਾਣੀ ਕਿਵੇਂ ਸੀਗੇ ਉਹ ਮੇਰੀ ਕੋਸ਼ਿਸ਼ ਹੈ ਪਰਮਾਤਮਾ ਕਰੇ ਉਹਨੂੰ ਬੋਲ ਪਏ ਜੀ ਦੂਜਾ ਜਿਹੜਾ ਵਾਟਰ ਸਪਲਾਈ ਇਹਨਾਂ ਨੂੰ ਮੈਂ ਕਿਹਾ ਸੀ ਜਿਹੜੀ ਵਾਟਰ ਸਪਲਾਈ ਹੈ ਬਾਰਿਸ਼ਾਂ ਆਪਣਾ ਗਰਮੀਆਂ ਆ ਰਹੀਆਂ ਜੀ ਗਰਮੀਆਂ ਦੇ ਵਿੱਚ ਪਾਣੀ ਦੀ ਖਪਤ ਵੀ ਵੱਧ ਜਾਂਦੀ ਹੈ ਅਤੇ ਉਧਰੋਂ ਨਹਿਰ ਦੀ ਬੰਦੀ ਆ ਜੀ ਨਹਿਰ ਦੀ ਬੰਦੀ ਆਉਣੀ ਸੀ 16 ਤਰੀਕ ਜੀ ਔਰ ਉਦੋਂ ਤੱਕ ਥੋੜ੍ਹੀ ਚਲੋ ਨਹਿਰੀ ਦਫ਼ਤਰ ਵਾਲਿਆਂ ਨੇ ਕੁਤਾਹੀ ਕੀਤੀ 2 ਦਿਨ ਤਰ੍ਹਾਂ ਨਹਿਰ ਟੁੱਟੀ ਸੀ ਉਹਨਾਂ ਨੂੰ ਕਨਵੇ ਨਹੀਂ ਕੀਤਾ ਮੈਂ ਇਹਨਾਂ ਨੂੰ ਕਿਹਾ ਸੀ ਸਾਨੂੰ 1 ਨੰਬਰ ਝੀਲ ਜਿਹੜੀ ਹੈ ਉਸ ਨੂੰ ਕੰਪਲੀਟ ਤਿਆਰ ਕਰ ਲੈਣਾ ਚਾਹੀਦਾ ਸਫਾਈ ਸਫੂਈ ਕਰਕੇ ਵੀ ਸਾਡੇ ਕੋਲ ਐਮਰਜੈਂਸੀ ਕੋਈ ਟੈਂਕ ਤਾਂ ਹੋਵੇ ਜਿੱਥੇ ਅਸੀਂ ਸ਼ਹਿਰ ਨੂੰ ਪਾਣੀ ਦੇ ਸਕੀਏ ਜੀ ਚਲੋ ਇੱਕ ਵਾਰ ਉਹ ਕਪੈਸਿਟੀ ਫੁੱਲ ਹੈ ਫਿਰ ਐਕਸੀਨ ਇਰੀਗੇਸ਼ਨ ਨੂੰ ਕਿਹਾ ਵੀ ਤੁਸੀਂ 16 ਤਰੀਕ ਤੋਂ ਬੰਦੀ ਦੇਣੀ ਸੀ ਹੁਣ ਤੁਸੀਂ ਨਹਿਰ ਟੁੱਟਣ ਕਰਕੇ ਮੰਨ ਲਓ ਅੱਜ ਤੋਂ ਬੰਦੀ ਹੋ ਗਈ 30 ਤਰੀਕ ਤੋਂ ਬੰਦੀ ਹੋ ਗਈ ਜੀ ਵੀ ਸਾਨੂੰ ਪਾਣੀ ਜਿਹੜਾ ਹੈਗਾ ਇੱਕ ਵਾਰੀ 12-13 ਤਰੀਕ ਤੋਂ ਦੇਣਾ ਸ਼ੁਰੂ ਜੀ ਉਹਨਾਂ ਨੇ ਕਿਹਾ ਕਿ ਅਸੀਂ ਇਹ ਯਤਨ ਕਰ ਰਹੇ ਹਾਂ ਵੀ 12-13 ਤਰੀਕ ਤੋਂ ਇੱਕ ਵਾਰੀ ਨਹਿਰਾਂ ਆ ਜਾਣ ਉਦੋਂ ਤੱਕ ਦਾ ਸਟੋਰੇਜ ਸਾਡੇ ਕੋਲ ਹੈਗਾ ਜੀ ਤੀਜਾ ਮੈਂ ਉਹਨਾਂ ਨੂੰ ਕਿਹਾ ਵੀ ਭਾਗੂ ਰੋਡ ਦੇ ਉੱਤੇ 10 ਲੱਖ ਗੈਲਨ ਦੀ ਕਪੈਸਿਟੀ ਦੇ ਟੈਂਕ ਨੇ ਜੀ ਉੱਥੇ ਟਿਊਬਵੈੱਲ ਚਾਲੂ ਕਰ ਛੱਡੇ ਮੈਂ ਉਹਨਾਂ ਨੂੰ ਕਿਹਾ ਕਿ ਕਸ਼ਟ ਕਰੋ ਉਹਨਾਂ ਟੈਂਕਾਂ ਦੀ ਜਿੰਨੀ ਕਪੈਸਿਟੀ ਹੈ ਉਸ ਨੂੰ ਯੂਜ਼ ਕਰੋ ਜੀ ਜਦੋਂ ਯੂਜ਼ ਹੋਏਗੀ ਸਾਡੇ ਕੋਲ ਪਾਣੀ ਦੀ ਕਪੈਸਿਟੀ ਵੱਧ ਜੂਗੀ ਐਮਰਜੈਂਸੀ ਵੇਲੇ ਟਿਊਬਵੈੱਲ ਚਲਾਓ ਅਦਰਵਾਈਜ਼ ਪੋਰਟੇਬਲ ਵਾਟਰ ਸ਼ਹਿਰ ਦੇ ਲੋਕਾਂ ਨੂੰ ਦਿਓ ਉਸ 'ਤੇ ਵੀ ਸਾਰੀ ਐਕਸਰਸਾਈਜ਼ ਹੋਊਗੀ ਦੀਆਂ ਮਿਹਨਤ ਵੀ ਬਣਗੀਆਂ
टाइम बाउंड उन्होंने फिर कंप्लीट। तीजा जिहड़ा सैरगा दमावड़ा तुहाडे सारिआं दे निगाह च साडे नहर वाले पासे दी बंदी सी जी, उस दे वास्ते फॉरैसट डिपार्टमेंट वालिआं नूं कहा कि इस ते एक्सरसाइज करके जल्दी इस नूं आपां जल्दी कर सकीए। एक जिहड़ा जनता नगर का पुल है, पिछले मैं 1980 तो मैं खुद अटैक जी, हर बार इधर उधर की गल हो जाती है, वो एक्सचेंज जिहड़ा हैगा ली एंड उन्होंने कहा भी इसका जो केस है भावें बाई हैंड बंदा जाए वो क्लीयर करके आप टेंडर लाइए ता कि असी उसे जो पुल है वो लोगों को बना के दे सकी, लोगों की आवाजाई सकी। इस तरह के जड़िया समस्यावान सगिया उस तरह विचार किया गया और डीसा क्या भी टाइम फ्रेम न इन सारिया अधिकारियों की ड्यूटियां ला के उन्होंने तो इस रिपोर्ट लो और इस मोनीटरिंग किया जाए ता कि असी रिजल्ट दे सकी। साड़ी सरकार की नीति है कि लोगों मुश्किल महल्या फिर के भी की मुश्किल ने उन्होंने दूर किमें करना है उसके वास्ते जतन करो और अधिकारियों को कह कि तुम साढ़े सरकार के मित्र भी हो, सरकार की नीत और नीति किसी अधिकारी तंग करनी नहीं, किसी अधिकारी तो इमानदारी कम लैन की जरूरत है। जे कोई साडा वॉलंटियर भी तुम इस पासे वाल तंग करता है उसके भी खिलाफ है और अभी उन्होंने कहा भी है मीटिंग भी असी प्रशासन के दफ्तर के जुड़ना नहीं, इतने कोई कम ये नहीं हो सकता भी एक दिन के असी सारा कुछ सुधार देंगे। जोड़े बंदे कम कर रहे उन्होंने कम कर दो, उन्होंने कम देखो कि कम चंगे नालों सुधार हो, सुधार हों चलिया जा रहा तो सुधार देने का मौका देना चाहिए। आपे लोग खुश हो गए, मैं मिले लोग भी अगे नो काफ़ी ठीक ठीक होंगे जाएगा।